ਮੈਂ ਕਰ ਦਿੱਤੀ ਇਹ ਰਮੀਜ਼ ਚਾ ਹਾਂਜੀ ਅਸਲਾਮੁਅਲੈਕਮ ਜੀ ਅਸੀਂ ਪਹਿਲਾਂ ਐਵੇਂ ਲੱਗੇ ਰਹੇ ਹਾਂ ਜੀ ਇੱਧਰ ਪਹਿਲਾਂ ਕੈਮਰਾ ਮਾਰਨੇ ਇਹਨਾਂ ਦਾ ਸਿੱਧਾ ਬੋਸਲ ਉਮਰ ਫਰੂਕ ਵੜੈਚ 82-12 L ਹਾਂ ਸੋਰੀ 81 ਅੱਗੇ ਵੀ ਯਾਰ ਬਸ 82 ਆ ਗਿਆ ਮੈਨੂੰ ਯਾਰ ਇਹ ਜੀ ਤਾਇਆ ਜੀ ਅਸਗਰ 329 ਦੇ ਮਾਸ਼ਾਅੱਲਾ ਪੁਰਾਣੇ ਕਬੂਤਰਬਾਜ਼ ਜੀ ਅਤੇ ਚੰਗੇ ਸ਼ਿਕਾਰੀ ਮਾਸ਼ਾਅੱਲਾ ਜੀ ਹਾਂਜੀ ਹਾਂਜੀ ਮਹਿਬੂਬ ਭਾਈ ਇਹ ਅੱਜ ਅਸੀਂ ਸਾਰੇ 329 ਲਾਲ ਹਵੇਲੀ ਕਲੱਬ ਦੇ ਵਿੱਚ ਇਕੱਠੇ ਹੋਏ ਜਿਹੜੇ ਸਾਡੇ ਪਿੰਡ ਦੇ ਵਿੱਚ ਬਾਜ਼ੀਆਂ ਸਨ ਜੀ 329 ਦੇ ਵਿੱਚ ਉਹ ਜਿੱਤੇ ਆਂ ਤੇ ਉਹਦਾ ਹਲਕਾ ਫੁਲਕਾ ਜਿਹਾ ਫੰਕਸ਼ਨ ਜਿਹਾ ਸੀ ਜੀ ਅਤੇ ਜਿਹੜੇ ਹਾਂਜੀ ਉਹਦਾ ਵੀ ਫੰਕਸ਼ਨ ਸੀ ਜੀ ਉਹਦੇ ਲਈ ਅਸੀਂ ਇਕੱਠੇ ਹੋਏ ਹਾਂ ਬਾਕੀ ਦੂਸਰਾ ਅੱਜ ਇੱਕ ਹੋਰ ਫੰਕਸ਼ਨ ਹੈ ਕਿ ਅਸੀਂ ਆਪਣੀ ਲਾਲ ਹਵੇਲੀ ਕਲੱਬ ਦਾ ਖਲੀਫਾ ਹਾਂਜੀ ਰੋ ਗੁਲਾਮ ਮੁਸਤਫਾ ਜਿਹਨੂੰ ਅਸੀਂ ਆਪਣੀ ਆਪਣੇ ਕਲੱਬ ਦਾ ਬਾ ਇਖਤਿਆਰ ਖਲੀਫਾ ਬਣਾਉਣ ਲੱਗੇ ਹਾਂ ਜੀ ਇਨਸ਼ਾਅੱਲਾ ਬਸ ਥੋੜ੍ਹੀ ਦੇਰ ਤੋਂ ਬਾਅਦ ਪਹਿਲਾਂ ਜ਼ਰਾ ਸਾਰਿਆਂ ਦਾ ਤਾਰਫ ਕਰਵਾ ਦਿਓ ਬਸ ਤਾਰਫ ਕਰਵਾ ਦੇ ਸਾਰਿਆਂ ਦਾ ਭਾਈਆਂ ਸਾਰਿਆਂ ਦਾ ਹਲਕਾ ਫੁਲਕਾ ਤਾਰਫ ਕਰਵਾ ਦਿਓ ਅਸਲਾਮ ਅਲੈਕਮ ਜੀ ਉਹ ਇੱਧਰ ਤਾਰਫ ਕਰਵਾ ਪਹਿਲਾਂ ਇੱਥੇ ਹਾਂਜੀ ਇਹ ਜੀ ਸਾਡੇ ਹੈੱਡ ਕਹਿ ਸਕਦੇ ਹੋ ਆਪਣਾ ਪੀਰ ਅਫਤਾਬ ਸਾਹਿਬ ਦੀਵਾਨ ਗੱਦੀ ਨਸ਼ੀਨ ਆਫ ਦੀਵਾਨ ਸਾਹਿਬ ਅਤੇ ਇਹ ਮਾਸ਼ਾਅੱਲਾ ਜੀ ਸਾਡੇ ਮੈਂਬਰ ਨੇ ਕਲੱਬ ਦੇ ਅਤੇ ਇਹ ਭਾਈ ਅਤੇ ਇਹ 335 ਦਾ ਆਲਮ ਸ਼ੇਰ ਹਾਂਜੀ ਇਹ ਰੋ ਮੁਸਤਫਾ ਸਾਹਿਬ ਇਹਨੂੰ ਤੁਸੀਂ ਜਾਣਦੇ ਹੋ ਹੁਣੇ ਤੁਹਾਡਾ ਇਹਨਾਂ ਦਾ ਤਰਫ ਹੋਇਆ ਹੈ ਇਹ ਜੀ ਆਪਣਾ ਸੂਦ ਭੱਟੀ ਸਾਹਿਬ ਇਹ ਲਾਲ ਹਵੇਲੀ ਕਲੱਬ ਦੇ ਮਾਸ਼ਾਅੱਲਾ ਪੁਰਾਣੇ ਮੈਂਬਰ ਨੇ ਅਤੇ ਸ਼ਾਗਿਰਦ ਵੀ ਨੇ ਹਾਂਜੀ ਇਹਨੇ ਜੀ ਰਾਣਾ ਜਵੇਦ ਸਾਹਿਬ ਇਹ ਚੱਕ ਨੰਬਰ 303 ਦੇ ਨੇ ਜੀ ਮਾਸ਼ਾਅੱਲਾ 3 ਸਾਲ ਤੋਂ ਲਗਾਤਾਰ ਚੈਂਪੀਅਨ ਹੋ ਰਹੇ ਨੇ ਅਤੇ ਤਕਰੀਬਨ 3 ਸਾਲ ਹੋਏ ਨੇ ਹਾਲੇ ਤੱਕ ਸ਼ਾਗਿਰਦ ਹੋਇਆਂ ਨੂੰ ਅਤੇ ਲਗਾਤਾਰ ਆਪਣੇ ਪੁਰਾਣੇ ਸ਼ਿਕਾਰੀਆਂ ਨੂੰ ਮਾਤ ਦੇ ਕੇ ਅੱਗੇ ਆਏ ਨੇ ਜੀ ਮਾਸ਼ਾਅੱਲਾ ਇਹ ਰਾਉ ਨਈਮ ਸਾਹਿਬ ਨੇ ਜੀ ਆਪਣੇ ਰਾਉ ਮੁਸਤਫਾ ਸਾਹਿਬ ਦੇ ਦੋਸਤ ਨੇ ਅਤੇ ਸ਼ਾਗਿਰਦ ਵੀ ਨੇ ਮਾਸ਼ਾਅੱਲਾ ਇਹ ਜੀ ਬਾਲਾ ਵੱਟੂ ਜੀ ਚੱਕ ਨੰਬਰ 321 SL ਦੇ ਚੈਂਪੀਅਨ SL ਦੇ ਚੈਂਪੀਅਨ ਨੇ ਜੀ ਚੱਕ ਨੰਬਰ 321 ਬਾਲਾ ਜੀ ਕਿੰਨੇ ਕਬੂਤਰ ਉੱਡਦੇ ਸਨ ਉੱਥੇ 11 ਕਬੂਤਰ ਉੱਡਦੇ ਸਨ ਮਾਸ਼ਾਅੱਲਾ ਜੀ ਇਹਨਾਂ ਨੇ ਪੁਆਇੰਟ ਮਾਰੇ ਨੇ ਆਪਣਾ ਐਂਟਰੀ ਜਿੱਤੀ ਇਹਨਾਂ ਨੇ ਸ਼ਬੀਰ ਭੱਟੀ ਸਾਹਿਬ ਸ਼ਫਾਕ ਭੱਟੀ ਸਾਹਿਬ ਦੇ ਛੋਟੇ ਭਾਈ ਅਤੇ ਆਪਣਾ ਪੱਪੂ ਮਿਸਟਰ ਪੱਪੂ ਇਹ ਵੀ ਸ਼ਾਗਿਰਦ ਨੇ ਜੀ ਲਾਲ ਹਵੇਲੀ ਕਲੱਬ ਦੇ ਇਹ ਵੀ ਮਾਸ਼ਾਅੱਲਾ ਕੋਈ 2 ਸਾਲਾਂ ਤੋਂ ਚੈਂਪੀਅਨ ਹੋ ਹੀ ਰਹੇ ਨੇ ਅਤੇ ਇਸ ਸਾਲ ਥੋੜ੍ਹਾ ਜਿਹਾ ਮਸਲਾ ਰਿਹਾ ਜੀ ਚਲੋ ਕੋਈ ਗੱਲ ਨਹੀਂ ਖੈਰ ਇਨਸ਼ਾਅੱਲਾ ਨੈਕਸਟ ਟਾਈਮ ਅਤੇ ਇੱਧਰ ਆ ਜਾਓ ਜੀ ਹਾਦੀ ਚੀਮਾ ਸਾਹਿਬ ਬੜਾ ਚਲੋ ਠੀਕ ਹੈ ਜੀ ਹਾਂਜੀ ਤਜੰਮਲ ਵੜੈਕ ਸਾਹਿਬ 81-12 L ਮਾਸ਼ਾਅੱਲਾ ਜੀ ਇਸ ਟਾਈਮ ਟਾਪ 'ਤੇ ਜਾ ਰਹੇ ਨੇ 81-12 L 'ਚ ਦੜਿਆਂ 'ਚ ਜੀ ਹਾਂ ਅਤੇ ਕਿਸੇ ਨੂੰ ਡਾਹ ਨਹੀਂ ਦੇ ਰਹੇ ਜੀ ਧੁੜਾਂ ਕੱਢੀ ਆ ਰਹੇ ਨੇ ਅਹਿਮਦ ਵੜੈਕ ਸਾਹਿਬ ਜੀ 81-12 L ਇਹ ਵੀ ਜੀ ਸੇਮ ਹੀ ਹੈ ਇਹ ਵੀ ਮਾਸ਼ਾਅੱਲਾ 81-12 L 'ਚ ਚੈਂਪੀਅਨ ਹੋ ਰਹੇ ਨੇ ਲਗਾਤਾਰ ਮਾਸ਼ਾਅੱਲਾ ਦੜੇ ਜਿੱਤੀ ਜਾ ਰਹੇ ਨੇ ਅਤੇ ਕਮਾਲ ਕਰੀ ਜਾ ਰਹੇ ਨੇ ਜੀ ਇਹ ਭਾਈ ਦਾ ਮੈਂ ਤਾਰਫ ਨਹੀਂ ਦੇ ਸਕਦਾ ਆਪ ਹੀ ਦੇ ਦਿਓ ਮੁਸਤਫਾ ਕਿੱਥੇ ਦੇਣਾ 27 ਦੇ ਚਲੋ ਇਹ ਪੱਪੂ ਦੇ ਦੋਸਤ ਨੇ ਜੀ ਗੁਲਾਮ ਹੁਸੈਨ ਚੱਕ ਨੰਬਰ 321 ਬਾਲੇ ਬੁੱਟੇ ਦੇ ਛੋਟੇ ਭਾਈ ਨੇ ਜੀ ਇਹ ਵੀ ਇਸ ਸਾਲ ਮਾਸ਼ਾਅੱਲਾ ਚੈਂਪੀਅਨ ਰਹੇ ਨੇ ਅਤੇ ਬੜਾ ਮਾਸ਼ਾਅੱਲਾ ਅੱਛਾ ਸ਼ੌਕ ਹੋਇਆ ਜੀ ਪੀਰ ਆਲਮ ਸ਼ੇਰ ਦੀਵਾਨ ਇਹ ਮਾਸ਼ਾਅੱਲਾ ਬਹੁਤ ਅੱਛੇ ਦੋਸਤ ਨੇ ਜੀ ਲਾਲ ਹਵੇਲੀ ਕਲੱਬ ਅਤੇ ਮਾਸ਼ਾਅੱਲਾ ਬਹੁਤ ਹੀ ਨਾਈਸ ਬੰਦੇ ਨੇ ਜੀ ਆ ਆਪਣਾ ਅਮਾਰ ਹੁਸੈਨ ਘੁੰਮਣ ਸਾਹਿਬ ਚੱਕ ਨੰਬਰ 329 ਲਾਲ ਹਵੇਲੀ ਕਲੱਬ ਦੇ ਸ਼ਾਗਿਰਦ ਨੇ ਜੀ ਇਹ ਅਤੇ ਇਸ ਸਾਲ ਦੇ ਜਿਹੜੀ ਇਹ ਦਾਵਤ ਹੋ ਰਹੀ ਹੈ ਅਤੇ ਇਹਨਾਂ ਦੀ ਚੈਂਪੀਅਨ ਹੋਣ ਦੀ ਖੁਸ਼ੀ 'ਚ ਹੋ ਰਹੀ ਹੈ ਇਹ ਲਗਾਤਾਰ ਤਕਰੀਬਨ 3 ਸਾਲ ਤੋਂ 3 ਸਾਲ 4 ਸਾਲ ਹੋ ਗਏ ਲਗਾਤਾਰ ਚੈਂਪੀਅਨ ਹੋ ਰਹੇ ਨੇ ਜੀ ਅਤੇ ਲਗਾਤਾਰ ਮਾਸ਼ਾਅੱਲਾ ਵਿਨ ਹੋ ਰਹੇ ਨੇ ਆਪਣੇ ਸਜਾਦ ਰਾਈ ਸਾਹਿਬ ਇਹ ਵੀ ਇਹ ਲਾਸਟ ਪੁਆਇੰਟ ਇਹਨਾਂ ਨੇ ਜਿੱਤਿਆ ਜੀ ਚੱਕ ਨੰਬਰ 329 ਦਾ ਕੱਲ੍ਹ ਨੂੰ ਕਿ ਮਾਦੀ ਨੇ ਮਾਸ਼ਾਅੱਲਾ ਬਹੁਤ ਦੂਸਰ 'ਤੇ ਜਿੱਤੀ ਹੈ ਜੀ ਤਕਰੀਬਨ 10:30-11 ਵਜੇ ਜਿੱਤ ਗਈ ਸੀ ਅਤੇ 2-3 ਵਜੇ ਬੈਠੀ ਹੈ ਅਤੇ ਬਹੁਤ ਸੋਹਣੀ ਉੱਡੀ ਮਾਦੀ ਹੈ ਜੀ ਆਪਣਾ ਮਿੱਠੂ ਡੋਗਰ ਸਾਹਿਬ ਇਹ ਲਾਲ ਹਵੇਲੀ ਕਲੱਬ ਦੇ ਸਭ ਕੁਛ ਹੀ ਨੇ ਜੀ ਮਾਸ਼ਾਅੱਲਾ ਦਿਨੇ ਸਾਰਾ ਕੁਛ ਇਹਨਾਂ ਦੇ ਹੱਥ ਵਿੱਚ ਹੁੰਦਾ ਜੀ ਬਸ
ਭਾਈ ਪੱਪਾ ਬਾਦਸ਼ਾਹ ਭਾਈ ਆਸਫ ਬੁੱਢਾ ਸਾਹਿਬ ਇਹ ਦੋਸਤ ਨੇ ਜੀ ਮਾਸ਼ਾਅੱਲਾ ਸਾਡੇ ਇਹ ਮਾਰਸਨ ਘੁੰਮਣ ਸਾਹਿਬ ਦੇ ਬੜੇ ਭਾਈ ਜੀ ਆਪਣਾ ਕੀ ਨਾਮ ਸੀ ਭਾਈ ਅਫਜ਼ਾਲ ਸੋਰੀ ਮੈਨੂੰ ਨਾਮ ਜ਼ਿਹਨ 'ਚ ਨਹੀਂ ਸੀ ਆ ਰਿਹਾ ਜਲਦੀ 'ਚ ਲਾਲਾ ਅਸ਼ਰਫ ਹਾਂਜੀ ਹਾਂਜੀ ਹੋ ਗਿਆ ਅਸ਼ਫਾਕ ਭੱਟੀ ਸਾਹਿਬ ਜੀ ਲਾਲ ਹਵੇਲੀ ਕਲੱਬ ਦੇ ਬੋਸ ਅਤੇ ਉਸਤਾਦ ਥੈਂਕ ਯੂ ਉੱਤਰ ਖਾਨ ਸਾਹਿਬ ਥੈਂਕ ਯੂ ਨਹੀਂ ਨਹੀਂ ਚਲਾਈ ਰੱਖ ਨਾ ਠੀਕ ਹੋ ਗਿਆ ਅੱਜ ਮਾਸ਼ਾਅੱਲਾ ਜੀ ਅਸੀਂ ਆਪਣੇ ਸ਼ਾਗਿਰਦ ਨੂੰ ਖਲੀਫਾ ਬਣਾ ਰਹੇ ਨੇ ਰਾਓ ਮੁਸਤਫਾ ਸਾਹਿਬ ਨੂੰ ਗੁਲਾਮ ਮੁਸਤਫਾ ਲਾਲ ਹਵੇਲੀ ਕਲੱਬ ਦਾ ਹਾਂਜੀ ਪਹਿਲਾ ਸ਼ਗਿਰਦ ਠੀਕ ਹੈ ਜੀ ਤੇ ਅਸੀਂ ਹੁਣ ਇਹਨੂੰ ਇਸ ਵਕਤ ਜੀ ਕਿਉਂਕਿ ਸਾਡੇ ਛੱਤਰੀ ਵਾਲੇ ਵਿੱਚ ਸਿਰਫ ਉਸਤਾਦੀ ਜਿੱਤੀ ਜਾਂਦੀ ਹੈ ਤੇ ਹਾਈ ਫਲੇਅਰ ਦੇ ਵਿੱਚ ਖਿਲਾਫਤ ਵੀ ਦਿੱਤੀ ਜਾਂਦੀ ਹੈ ਅਸੀਂ ਸੋਚਿਆ ਕਿ ਉਸਤਾਦੀ ਦੀ ਬਜਾਏ ਅਸੀਂ ਜਿਹੜਾ ਨਵਾਂ ਕੰਮ ਜਿਹੜਾ ਨਾ ਜੀ ਲੋ ਫਲਾਇਰ ਦੇ ਵਿੱਚ ਅਸੀਂ ਨਵਾਂ ਕੰਮ ਸ਼ੁਰੂ ਕਰੀਏ ਅਸੀਂ ਇਹ ਨਵਾਂ ਟਰੈਂਡ ਜਿਹੜਾ ਨਾ ਜੀ ਹਾਈ ਫਲੇਅਰ ਦੇ ਸੋਰੀ ਲੋ ਫਲਾਇਰ ਦੇ ਵਿੱਚ ਅਸੀਂ ਨਵਾਂ ਟਰੈਂਡ ਸ਼ੁਰੂ ਕਰਨ ਲੱਗੇ ਹਾਂ ਕਿ ਉਸਤਾਦੀ ਦੇਣ ਦੀ ਬਜਾਏ ਕਿਉਂਕਿ ਉਸਤਾਦੀ ਦਿੱਤੀ ਉਹ ਤਾਂ ਫਿਰ ਉਸਤਾਦਾਂ ਨਾਲੋਂ ਗਲੈਦਾ ਹੋ ਗਿਆ ਅਸੀਂ ਉਸਤਾਦ ਤੇ ਸਾਡਾ ਕੀ ਹੈ ਜੀ ਇਹ ਠੀਕ ਹੈ ਜੀ ਸਾਡੇ ਕਲੱਬ ਦਾ ਅਸੀਂ ਇਹਨੂੰ ਖਿਲਾਫਤ ਦੇਣ ਲੱਗੇ ਹਾਂ ਜੀ ਆਪਣੀ ਕਿਉਂਕਿ ਜਿਹੜੀ ਹਾਈ ਫਲੇਅਰ ਦੇ ਵਿੱਚ ਖਿਲਾਫਤ ਦਿੱਤੀ ਜਾਂਦੀ ਹੈ ਤਾਂ ਕਿ ਲਾਲ ਹਵੇਲੀ ਜੋ ਸਾਡੇ ਫੈਸਲੇ ਹੋਣੇ ਸਾਡੇ ਹਰੀਫ ਨੇ ਜਿਨ੍ਹਾਂ ਨਾਲ ਸਾਡਾ ਸ਼ੌਕ ਹੁੰਦਾ ਹੈ ਜਾਂ ਸਾਡੇ ਦੋਸਤ ਸਾਡੇ ਸ਼ਾਗਿਰਦ ਜਿੰਨੇ ਵੀ ਠੀਕ ਹੈ ਜੀ ਜਿਹੜੇ ਸਾਡੇ ਨਾਲ ਮਿਲ ਕੇ ਸ਼ੌਕ ਕਰਦੇ ਨੇ ਜੋ ਗੁਲਾਮ ਮੁਸਤਫਾ ਦੀ ਗੱਲ ਹੋਏਗੀ ਠੀਕ ਹੈ ਜੀ ਉਹ ਯਾਨੀ ਕਿ ਸਾਡੀ ਹੋਏਗੀ ਇਸ ਵਜ੍ਹਾ ਖਲੀਫਾ ਜਿਹੜਾ ਨਾ ਜੀ ਲਾਲ ਹਵੇਲੀ ਕਲੱਬ ਦਾ ਗੁਲਾਮ ਮੁਸਤਫਾ 331 ਕਿਉਂਕਿ ਜੀ ਗੱਦੀ ਮਸ਼ੀਨ ਸਭ ਨੂੰ ਚਾਹੀਦਾ ਹੁੰਦਾ ਸਾਨੂੰ ਇਹਦੇ ਨਾਲ ਬਿਹਤਰ ਸਾਡੇ ਮਾਸ਼ਾਅੱਲਾ ਕਾਫੀ ਸ਼ਗਿਰਦ ਨੇ ਸਾਰੇ ਅੱਛੇ ਨੇ ਲੇਕਿਨ ਕੁਝ ਤਰ੍ਹਾਂ ਵਿੱਚ ਸਿਰ ਕੱਢਦੇ ਹੁੰਦੇ ਨੇ ਫਿਰ ਬਿਹਤਰ ਇਹ ਸਮਝੇ ਆ ਜੀ ਕਿ ਇਹਨਾਂ ਦੇ ਹੱਥੋਂ ਅਸੀਂ ਇਹਨੂੰ ਜਿਹੜੀ ਹੈ ਨਾ ਜੀ ਖਿਲਾਫਤ ਦੀ ਪੱਗ ਜਿਹੜੀ ਹੈ ਨਾ ਜੀ ਇਹਨਾਂ ਦੇ ਹੱਥੋਂ ਅਸੀਂ ਗੁਲਾਮ ਮੁਸਤਫਾ ਨੂੰ ਉਹ ਦਵਾਨੇ ਤਾਂ ਕਿ ਅੱਛੇ ਤੋਂ ਅੱਛਾ ਆਖੂ ਵੀ ਤਾਂ ਕਿ ਇੱਕ ਦਫ਼ਾ ਫਿਰ ਦੱਸਣੇ ਆ ਜੀ ਕਿ ਇਹ ਖਿਲਾਫਤ ਵਾਲਾ ਟਰੈਂਡ ਜਿਹੜਾ ਨਾ ਜੀ ਪਹਿਲਾਂ ਸ਼ੁਰੂ ਕਰਨ ਲੱਗੇ ਜੀ ਲੋ ਫਲਾਇਰ ਦੇ ਵਿੱਚ ਹਾਂਜੀ ਲੋ ਫਲਾਇਰ ਦੇ ਵਿੱਚ ਪਹਿਲਾਂ ਇਸ ਤੋਂ ਕਿਸੇ ਨੂੰ ਖਿਲਾਫਤ ਨਹੀਂ ਦਿੱਤੀ ਗਈ ਇਹ ਲਾਲ ਹਵੇਲੀ ਕਲੱਬ ਅਸੀਂ ਆਪਣਾ ਬੂਰੇਵਾਲਾ ਦਾ ਅਤੇ ਬਾਕੀ ਲੋ ਫਲਾਇਰ ਦਾ ਪਹਿਲਾਂ ਰਿਕਾਰਡ ਹੀ ਬਣਾਉਣ ਲੱਗੇ ਸੀਗੇ ਪਹਿਲੀ ਖਿਲਾਫਤ ਅਸੀਂ ਗੁਲਾਮ ਮੁਸਤਫਾ ਲਾਲ ਹਵੇਲੀ ਕਲੱਬ ਵਾਲੇ ਉਹਨੂੰ ਖਿਲਾਫਤ ਦੇਣ ਲੱਗੇ ਨੇ ਜੀ ਹਾਂਜੀ ਤਾਇਆ ਜੀ ਕਿੱਥੇ ਗਿਆ ਜੀ ਕੱਪੜਾ ਪਹਿਲਾਂ ਮਾਲਾ ਪਾਉਣਿਆ ਨਾ ਹਾਂ ਪਹਿਲਾਂ ਮਾਲਾ ਪਾਓ ਜੀ ਸਾਰੀ ਨੀ ਅੱਧੀ ਬਾਬਾ ਜੀ ਹਾਂਜੀ ਅੱਜ ਨਾ ਜੀ ਜੀ ਅਸੀਂ ਛੇਤੀ ਕਰ ਲਈ ਜੀ ਦੱਸਣ ਕਿਉਂਕਿ ਪਹਿਲੀ ਸੀ ਗੱਲ ਜਦੋਂ ਛੇਤੀ ਛੇਤੀ ਕੰਮ ਕਰੀਏ ਕਿਉਂਕਿ ਨਾ ਵਿੱਚੋਂ ਕੋਈ ਨੂੰ ਮਾਸ਼ਾਅੱਲਾ ਸਾਥੀਆਂ ਨੂੰ ਭੁੱਖ ਵੀ ਬੜੀ ਲੱਗੀ ਉਹ ਅੱਛਾ ਬਹੁਤ ਇਹ ਜੀ ਜਿਹੜੀ ਰਸਮ ਅਸੀਂ ਅਦਾ ਕਰ ਲਈ ਹੈ ਗੁਲਾਮ ਮੁਸਤਫਾ ਚੱਕ ਨੰਬਰ 331 ਵੀ ਠੀਕ ਹੈ ਜੀ ਰਹੋ ਗੁਲਾਮ ਮੁਸਤਫਾ ਅੱਜ ਤੋਂ ਲਾਲ ਹਵੇਲੀ ਕਲੱਬ ਦਾ ਅਖਤਿਆਰ ਖਲੀਫਾ ਯਾਨੀ ਕਿ ਜਿਹੜੇ ਵੀ ਸਾਡੇ ਕੋਲ ਸ਼ਗਿਰਦ ਨੇ ਠੀਕ ਹੈ ਜੀ ਉਹ ਸਹੀ ਲੱਗਦੀ ਵਿਆਹ ਦੇ ਅੱਗੇ ਹੋ ਗਿਆ ਉਹਦਾ ਜਿਹੜੇ ਵੀ ਕੋਈ ਸ਼ਗਿਰਦ ਨੇ ਜਾਂ ਲਾਲ ਹਵੇਲੀ ਕਲੱਬ ਦੇ ਨਾਲ ਮੈਂਬਰ ਨੇ ਦੂਸਰੇ ਨੇ ਠੀਕ ਹੈ ਜੀ ਹਾਂ ਤੂੰ ਖੈਰ ਕੋਈ ਗੱਲ ਨਹੀਂ ਮੈਨੂੰ ਤੂੰ ਰਹਿਣ ਦੇ ਤੂੰ ਉਂਗਲ ਆਪਣੀ ਚੂਸ ਹੈ ਆਹੋ ਹੁਣ ਸਾਨੂੰ ਉਂਗਲਾਂ ਖਲੀਫਾ ਚੰਗਾ ਬਣਾਇਆ ਉਂਗਲਾਂ ਨੇ ਸਾਰਾ ਲਾਭ
ਇਹ ਲਾਲ ਹਵੇਲੀ ਕਲੱਬ ਦਾ ਰੋ ਗੁਲਾਮ ਮੁਸਤਫਾ ਚੱਕ ਨੰਬਰ 331 ਵੀ ਲਾਲ ਹਵੇਲੀ ਕਲੱਬ ਦਾ ਪਾਸ ਪਿਆਰ ਖਲੀਫਾ ਮੁਬਾਰਕ ਹੋਏ ਭਾਈ। ਹਾਂਜੀ ਬਾਕੀ ਬੋਸ ਹਾਂਜੀ ਹਾਂਜੀ ਜੀ ਬਾਕੀ ਭਾਈ ਜੀ ਸਾਰੇ ਹੀ ਹਾਂਜੀ ਸ਼ੁਕਰੀਆ ਜੀ ਭਾਈ ਸਾਰਿਆਂ ਦਾ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਬਹੁਤ ਸ਼ੁਕਰੀਆ ਜੀ ਸਭ ਦਾ ਜੀ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜੀ ਅਤੇ ਆ ਸਾਰੇ ਮਾਸ਼ਾਅੱਲਾ ਦੋਸਤ ਨਹੀਂ ਨਹੀਂ ਇਹ ਹੁਣ ਤੇਰੀ ਹੈ ਠੀਕ ਹੈ ਜੀ ਇਹ ਨਹੀਂ ਜੀ ਸਿਹਤ ਵੱਲੋਂ ਮਾੜਾ ਹੈ ਹਾਂਜੀ ਉਂਝ ਤਾਂ ਕੰਮ ਤਗੜਾ ਜੀ ਹਾਂਜੀ ਬੋਸ ਹੁਣ ਵਹਾ ਕੇ ਇੱਕ ਵਾਰੀ ਅੰਦਰੋਂ ਮਾੜੇ ਜੇ ਕੋਈ ਜਾਨਵਰ ਚ ਵਹਾ ਦੇਣਾ ਥੈਂਕ ਯੂ ਅਲੀ ਮੋਹਸਨ ਭਾਈ ਸ਼ੁਕਰੀਆ ਚੌਧਰੀ ਦਰਾਨ ਗਿੱਲ ਭਾਈ ਅਫਜ਼ਾਲ ਹੱਕ ਥੈਂਕ ਯੂ ਮਾਸ਼ਾਅੱਲਾ ਲਾਲ ਹਵੇਲੀ ਦੀਆਂ ਮਾਦੀਆਂ ਨੇ ਜੀ ਇਸ ਟਾਈਮ ਜਿਹੜੀਆਂ ਹਾਲੇ ਤੱਕ ਇਸ ਸੀਜ਼ਨ ਦੀਆਂ ਹਾਲੇ ਗੇੜੇ ਨਹੀਂ ਪਈਆਂ ਮਾਦੀਆਂ ਕੁਛ ਵਿੱਚ ਉੱਡੀਆਂ ਨੇ ਅਤੇ ਜ਼ਿਆਦਾਤਰ ਹਾਲੇ ਤੱਕ ਗੇੜੇ ਨਹੀਂ ਪਈਆਂ ਕਿਉਂਕਿ ਬਾਦੀਆਂ ਜਿੱਦਾਂ ਜਿੱਦਾਂ ਐਸਨ ਲਵਾਈਆਂ ਨੇ ਅਤੇ ਇਹ ਮਾਦੀਆਂ ਮਾਸ਼ਾਅੱਲਾ ਹਾਲੇ ਤੱਕ ਪਿੱਛੇ ਨੇ ਕੁਛ ਬੱਚੇ ਨੇ ਵਿੱਚ ਜਿਹੜੇ ਐਸਨ ਪੱਲੀ ਸਾਫ਼ ਹੋ ਰਹੇ ਨੇ ਅਸਲਾਮ ਜੀ ਚੋਰੀ ਨਾਨਕੀ ਭਾਈ ਸੁਖਵੀਰ ਥੈਂਕ ਯੂ ਭਾਈ ਥੈਂਕ ਯੂ ਚੋਰੀ ਸ਼ਾਹਿਦ ਅਰਾਈ ਆਰਿਫ ਵਾਲਾ ਥੈਂਕ ਯੂ ਭਾਈ ਥੈਂਕ ਯੂ ਭਾਈ ਵਾਹਿਓ ਰੱਬਾ ਹਾਂਜੀ ਰਾਜਾ ਭਾਈ ਥੈਂਕ ਯੂ ਹਮਜ਼ਾ ਖਾਨ ਸ਼ੁਕਰੀਆ ਭਾਈ ਸ਼ੁਕਰੀਆ ਅਰੁਣ ਚੌਹਾਨ ਥੈਂਕ ਯੂ ਭਾਈ ਅਦਨਾਨ ਸਦੀਕ ਸ਼ੁਕਰੀਆ ਭਾਈ ਸ਼ੁਕਰੀਆ ਵੱਡੀ ਕਬੂਤਰ ਕਲੱਬ ਉਕਾੜਾ ਥੈਂਕ ਯੂ ਭਾਈ ਰਵਨ ਨਦੀਮ ਲਾਲਾ ਮੁਹੰਮਦ ਨਦੀਮ ਹੈਦਰ ਅਲੀ ਖੁਰਮ ਵੱਡੀ ਕਬੂਤਰ ਕਲੱਬ ਉਕਾੜਾ ਰਵਨ ਨਦੀਮ ਲਾਲਾ ਥੈਂਕ ਯੂ ਭਾਈ ਥੈਂਕ ਯੂ ਕਿਹੜੇ ਕਬੂਤਰਾਂ ਦੇ ਭਾਈ ਚੋਰੀ ਦਨਾਨ ਗਿੱਲ ਭਾਈ ਕਿਹੜੇ ਕਬੂਤਰਾਂ ਦੇ ਨਫੀਸ ਗੁੱਜਰ ਭਾਈ ਥੈਂਕ ਯੂ ਥੈਂਕ ਯੂ ਭਾਅ ਜੀ ਥੈਂਕ ਯੂ ਇਹ ਚੀਨੀ ਮਾਦੀ ਇਸ ਟਾਈਮ ਇਸ ਸਾਲ ਬਹੁਤ ਇਹਨੇ ਪ੍ਰਵਾਸ ਕੀਤੀ ਹੈ ਅਤੇ ਸਾਡਿਆਂ ਪਿੰਡ 'ਚ ਤਾਂ ਖੈਰ ਜਿਹੜੇ ਲਾਲ ਹਵੇਲੀ ਦੇ ਪੁਆਇੰਟ ਕੋਈ ਨਹੀਂ ਸਨ ਅਤੇ ਇਸ ਵਜ੍ਹਾ ਤੋਂ ਇਹ ਮਾਦੀ ਫਿਰ ਬੰਦ ਕਰ ਛੱਡੀ ਸੀ ਉਡਾ ਕੇ ਉਹ ਥੈਂਕ ਯੂ ਭਾਅ ਜੀ ਤੁਸੀਂ ਫੈਨ ਹੋ ਮੰਨ ਗਏ ਸਰਕਾਰ ਮੰਨ ਗਏ ਥੈਂਕ ਯੂ ਮੁਕੰਮਲ ਹੀ ਮਾਦੀਆਂ ਨੇ ਜੀ ਮੁਕੰਮਲ ਹੀ ਮਾਦੀਆਂ ਨੇ ਕੁਛ ਵਿੱਚ ਬੱਚੇ ਨੇ ਜਿਹੜੇ ਇਸ ਟਾਈਮ ਹੁਣ ਬੰਦ ਕਰਕੇ ਛੱਡੇ ਨੇ ਵਿੱਚ ਮੁਹੰਮਦ ਨਦੀਮ ਭਾਈ ਥੈਂਕ ਯੂ ਸ਼ੁਕਰੀਆ ਭਾਈ ਇਹ ਨਿਸ਼ਾਨ ਹੈ ਜੀ ਸਾਡਾ ਹਾਂ ਮਾਨ ਥੈਂਕ ਯੂ ਸੰਧੂ ਸਾਹਿਬ ਸ਼ੁਕਰੀਆ ਜਵਾਨ ਥੈਂਕ ਯੂ ਭਾਈ ਹਾਂਜੀ ਵੜਾਈ ਸਾਹਿਬ ਵੀ ਆ ਗਏ ਨੇ ਬੋਸ ਯੂ ਆਰ ਗ੍ਰੇਟ ਥੈਂਕ ਯੂ ਵੜਾਈ ਸਾਹਿਬ ਆਏ ਤੁਸੀਂ ਅਮਲ ਵੜਾਈ ਸਾਹਿਬ ਇਹ ਜੀ ਮਹਿਮਾਨ ਰਹਿ ਗਏ ਸਨ ਇੱਕ ਇੱਧਰ ਵੇਖਿਓ ਜੀ ਜ਼ਰਾ ਚੀਮਾ ਸਾਹਿਬ ਇਹਨਾਂ ਦਾ ਇੰਤਜ਼ਾਰ ਬਹੁਤ ਕੀਤਾ ਜੀ ਹੁਣ ਆਏ ਨੇ ਜੀ ਇਮਰਾਨ ਚੀਮਾ ਸਾਹਿਬ 447 ਇਹਦੇ ਕਿੰਨੀਆਂ ਬਾਜ਼ੀਆਂ ਮੈਚ ਜਿੱਤੇ ਉੱਥੋਂ ਜੀ
ਜਿਹੜੀਆਂ ਬਾਜ਼ੀਆਂ ਜਿੱਤੀਆਂ ਆਪਾਂ 47 ਚ ਕਿੰਨੀਆਂ ਭਲਾ 7 ਸਨ ਕਿੰਨੀਆਂ ਜੀ 7 ਜਿੱਤੀਆਂ 8 ਸਨ 7 ਜਿੱਤੇ ਹਾਂ 8 ਦੇ ਵਿੱਚੋਂ 7 ਬਾਜ਼ੀਆਂ ਜਿਹੜੀਆਂ ਇਹਨਾਂ ਨੇ ਜੀ ਉਹ ਮਾਸ਼ਾਅੱਲਾ 447 ਵਿੱਚੋਂ ਜਿੱਤੇ ਆ ਜੀ ਬਾਕੀ ਹੈ ਭਾਈ ਦੋਸਤ ਸਾਰੇ ਇਹ ਜਿਹੜੇ ਨੇ ਨਾ ਜੀ ਇਹ ਚੈਂਪੀਅਨ ਜੇ ਸ਼ਹਿਰ ਦੇ ਵੀ ਜੀ ਹਾਂਜੀ ਠੀਕ ਹੈ ਜੀ ਇਹ 2 ਪੁਆਇੰਟ ਜਿੱਤੇ ਨੇ ਜੀ ਐਤਕੀ 329 ਵਿੱਚੋਂ ਜੀ ਹਾਂਜੀ ਘੁੰਗਰੂ ਜਿੱਤਿਆ ਜੀ ਮਲੰਗ ਦਾ ਪੱਠਾ ਪਹੁੰਚ ਗਈ ਸੀ ਤੇਰੀ ਵੀਡੀਓ ਬਾਬਾ ਬੀਬੀ ਸੀ ਇਹ ਆਮਨ ਵਾਲੇ ਵਕਤ ਦੇ ਨਵੇਂ ਸ਼ੌਕੀਨ ਜੀ ਹਾਂਜੀ ਸ਼ਿਕਾਰੀ ਜੀ ਅਤੇ ਅੱਜ ਦਾ ਇਹ ਲਾਲ ਹਵੇਲੀ ਦੇ ਉਸਤਾਦ ਘਰ ਜੀ ਸਾਡਾ ਉਸਤਾਦ ਘਰ ਹੈ ਆ ਰਹੇ ਨੇ ਜੀ ਹਾਂਜੀ ਇਹ ਆਏ ਨੇ ਜੀ ਸਾਡਾ ਉਸਤਾਦ ਘਰ ਜੀ ਸਾਡੇ ਉਸਤਾਦ ਹਰਾਂ ਦੇ ਚਾਚਾ ਜੀ ਸ਼ਾਇਦ ਸਾਨੂੰ ਘਰਦਿਆਂ ਕੋਲ ਉਨੀਆਂ ਗਾਲਾਂ ਨਾ ਪਈਆਂ ਹੁਣ ਜਿੰਨੀਆਂ ਇਹਨਾਂ ਕੋਲ ਪੈਂਦੀਆਂ ਨੇ ਜੀ ਮੈਂ ਪਰਸੋਂ ਆਇਆ ਹਾਂਜੀ ਅਲਹਮਦੁਲਿਲਾ ਜੀ ਅਤੇ ਬਾਕੀ ਬਹੁਤ ਸ਼ੁਕਰੀਆ ਜੀ ਸਾਰੇ ਭਰਾਵਾਂ ਦਾ ਹਾਂਜੀ ਸ਼ੌਕ ਤਾਂ ਹੁਣ ਹੋ ਹੀ ਗਿਆ ਜੀ ਬਾਕੀ ਠੀਕ ਹੈ ਜੀ ਇਨਸ਼ਾਅੱਲਾ ਫਿਰ ਸਾਰੇ ਭਰਾਵਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਨੇ ਜੀ ਹਾਂਜੀ 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 ਇਹ ਇਹਨਾਂ ਦੇ ਉਸਤਾਦ ਨੇ ਉਸਤਾਦ ਜੀ ਨੇ ਨਹੀਂ ਸਾਰੇ ਪਿੰਡ ਵਾਲਿਆਂ ਦੇ ਉਸਤਾਦ ਜੀ ਦੇ ਨਾ ਹੋਏ ਤੂੰ ਆਪਣੇ ਉਸਤਾਦ ਜੀ ਰੱਖ ਖਾਲੀ ਗਏ ਸ਼ੌਕ ਤੇ ਤੂੰ ਕਰਵਾ ਦਿੱਤਾ ਨਾ ਰਮੀਜ਼ ਹਲਕਾ ਫੁਲਕਾ ਤੇ ਮੇਰੇ ਕੋਲ ਅੰਦਰ ਜਾਣ ਨਹੀਂ ਹੋਣਾ ਮੋਟਾ ਬੂਹੇ ਨਹੀਂ ਖੁੱਲਣਾ ਉਹ ਖਲੀਫਾ ਸਾਹਿਬ ਉਹ ਖਲੀਫਾ ਸਾਹਿਬ ਉਹ ਖਲੀਫਾ ਸਾਹਿਬ ਸਰ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਆਉਣਾ ਤਾਂ ਮਾਮਾ ਤੈਨੂੰ ਤਰੇ ਲਾ ਕੇ ਤੈਨੂੰ ਪੁੱਛਿਆ ਹਾਂਜੀ ਹਾਂਜੀ ਜੀ ਬਹੁਤ ਸ਼ੁਕਰੀਆ ਜੀ ਦਨਾਨ ਗਿੱਲ ਭਾਈ ਬਹੁਤ ਸ਼ੁਕਰੀਆ ਭਾਈ ਤੁਸੀਂ ਪੰਜਾਬ ਤੋਂ ਸਤਨਾਮ ਸ਼ੁਕਰੀਆ ਵੀਰ ਜੀ ਇਹ ਅੱਜ ਜਿਹੜੇ ਅਸੀਂ ਪਿੰਡ 329 ਜਿੱਤੇ ਹਾਂ ਜੀ 321 ਦੇ ਵਿੱਚ ਜਿੱਤੇ ਹਾਂ 447 ਅਜੇ ਕੁਝ ਦੋਸਤ ਅਜੇ ਆ ਰਹੇ ਨੇ ਜੀ ਅਤੇ ਜਦੋਂ ਸਾਰੇ ਆ ਜਾਂਦੇ ਨੇ ਇਨਸ਼ਾਅੱਲਾ ਸ਼ਾਇਦ ਉਚਰਾਂ ਨੂੰ ਅਸੀਂ ਆਪ ਹੀ ਹੋ ਜਾਈਏ ਐਕਸਕਲੂਸਿਵ ਦਾਵਤ ਦੇ ਇਹਤਮਾਮ ਕੀਤੇ ਆ ਜੀ ਅੱਜ ਮਾਸ਼ਾਅੱਲਾ ਪੁਆਇੰਟ ਵਿਨ ਕੀਤੇ ਸਨ ਅਤੇ ਟੇਬਲ ਚੁੱਕ ਲੈਣਾ ਅਤਰ ਖਾਨ ਥੈਂਕ ਯੂ ਆਪਣਾ ਇਸ਼ਤਿਆਕ ਭੱਟੀ ਸਾਹਿਬ ਵਕਾਰ ਅਹਿਮਦ ਭਾਈ ਹਾਲੇ ਤੱਕ ਫਿਲਹਾਲ ਕੋਈ ਪਤਾ ਨਹੀਂ ਉਹਨਾਂ ਦਾ ਫਿਲਹਾਲ ਉਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਕਿੱਦੋਂ ਆ ਰਹੇ ਨੇ ਹਾਂਜੀ ਠੀਕ ਹੈ ਸਰ ਬੰਦ ਕਰੀਏ ਖਾਣ ਤੋਂ ਵਾਲੀ ਬੰਦ ਠੀਕ ਹੋ ਗਿਆ ਠੀਕ ਹੈ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਤਾਂ ਕਿ ਅਸੀਂ ਹੁਣ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਹਲਕਾ ਫੁਲਕਾ ਖਾਣਾ ਖੁਣਾ ਖਵਾ ਲਈਏ ਜੀ ਠੀਕ ਹੈ ਜੀ ਅਤੇ ਇਨਸ਼ਾਅੱਲਾ ਫਿਰ ਅਸਲਾਮ ਵਾਲੇਕੁਮ ਜੀ ਉਮਰ ਫਰੂਕ ਸਲਹਿਰੀਆ ਦਾ ਨਾਮ ਰਮੀਜ਼ ਭੱਟੀ ਲਾਲ ਹਵੇਲੀ ਕਲੱਬ ਹੈ ਰਮੀਜ਼ ਭੱਟੀ ਸਾਹਿਬ ਜੀ ਉਹ ਖਲੀਫਾ ਨੂੰ ਵਾਕਈ ਜ਼ਰਾ ਨਾ ਥੋੜ੍ਹੀ ਥੋੜ੍ਹੀ ਸ਼ਰਮ ਆਉਂਦੀ ਹੈ ਜੀ ਹਾਂਜੀ ਜੀ ਦਨਾਨ ਭਾਈ ਬਸ ਕੋਸ਼ਿਸ਼ ਕੀਤੀ ਹੈ ਜੀ ਜੀ ਸਾਜਿਦ ਮਾਨ ਭਾਈ ਵਾਲੇਕੁਮ ਸਲਾਮ ਰਹਿਮਤੁਲਾਹ ਬਰਕਾਤ ਜੀ ਬਹੁਤ ਸ਼ੁਕਰੀਆ ਜੀ ਇਹ ਬੜੇ ਮੁਸਕਰਾ ਰਹੇ ਨੇ ਇਹਨਾਂ ਨੂੰ ਵੇਖਿਓ ਜੀ ਇਹ ਕੈਮਰਾ ਅਸੀਂ ਕਰ ਲਈਏ ਜੀ ਇਹ ਦੇਖੋ ਜੀ ਚੈਂਪੀਅਨ ਹੋਇਆ ਤਾਂ ਇਹ ਚੈਂਪੀਅਨ ਇਹਨਾਂ ਦੇ ਹੋਰ ਨਾਮ ਸੀ ਮੈਨੂੰ ਨਾਮ ਭੁੱਲ ਗਿਆ ਯਾਰ ਭਾਈ ਜੀ ਇਹ ਜਿਹੜੇ ਨੇ ਨਾ ਜੀ ਇਹ ਕਬੂਤਰ ਨੂੰ ਕੁੱਟਣ 'ਚ ਇੰਨੇ ਮਾਹਰ ਨੇ ਇੱਕ ਘਰੂ ਵੱਟਾ ਮਾਰਨ ਸਾਰਾ ਚੌਥੇ ਘਰ ਜਾ ਕੇ ਭਾਂਡਿਆਂ 'ਚ ਵੱਜਦਾ ਜਾ ਕੇ ਠੀਕ ਹੈ ਜੀ ਭਾਈ ਸਾਰੇ ਭਾਈਆਂ ਦਾ ਜੀ ਬਹੁਤ ਸ਼ੁਕਰੀਆ ਜੀ ਜਜ਼ਾਕੱਲਾ ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ ਰੱਖੇ ਜੀ ਅਤੇ ਸਾਡੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਸ਼ੌਕ ਅੱਛਾ ਹੋਏ ਸਾਫ਼ ਸੁਥਰਾ ਹੋਏ ਮਿਆਰੀ ਹੋਏ ਤਾਂ ਕਿ ਜਿਹੜੇ ਆਪਣੇ ਹਰੀਫ ਵੀ ਨੇ ਤੁਸੀਂ ਦੇਖਿਆ ਅਸੀਂ ਖਿਲਾਫਤ ਦੀ ਪੱਗ ਵੀ ਦਿੱਤੀ ਹੈ ਜਿਨ੍ਹਾਂ ਨਾਲ ਸਾਡਾ ਸ਼ੌਕ ਹੁੰਦਾ ਸਾਡੇ ਆਪਣੇ ਨੇ ਉਹ ਅਜ਼ੀਜ਼ ਨੇ ਵੱਡੇ ਨੇ ਅਸੀਂ ਉਹਨਾਂ ਨਾਲ ਹੀ ਨਾ ਖਾਸ ਤੌਰ 'ਤੇ ਉਹਨਾਂ ਨਾਲ ਸ਼ੌਕ ਹੁੰਦਾ ਸਾਡਾ ਪਿੰਡ ਦੇ ਵਿੱਚ ਠੀਕ ਹੈ ਜੀ ਅਸੀਂ ਆਪਣਾ ਜਿਹੜਾ ਉਹਨਾਂ ਕੋਲੋਂ ਇਜਾਜ਼ਤ ਲਈ ਅਸੀਂ ਜਿਹੜੇ ਆਪਣੇ ਸਾਡੇ ਹਰੀਫ ਨੇ ਉਹਨਾਂ ਕੋਲ ਕਿ ਸਾਡਾ ਜਿਹੜਾ ਸ਼ਗਿਰਦ ਇਸ ਕਾਬਲ ਹੈ ਉਹਨਾਂ ਕਹਿੰਦਾ ਬਿਲਕੁਲ ਜੀ ਤੁਹਾਡਾ ਸ਼ਗਿਰਦ ਤੁਹਾਡੇ ਕਾਬਲ ਹੈ ਏ ਠੀਕ ਹੈ ਜੀ ਅਤੇ ਫਿਰ ਅਸੀਂ ਉਹਨੂੰ ਜਿਹੜਾ ਨਾ ਜੀ ਆਪਣਾ ਉਹਨੂੰ ਨਾ ਫੜਾ ਠੀਕ ਹੈ ਜੀ ਫਿਰ ਅਸੀਂ ਉਹਨੂੰ ਜਿਹੜਾ ਨਾ ਜੀ ਸ਼ਗਿਰਦ ਮਾਸ਼ਾਅੱਲਾ ਜਿਹੜੇ ਨੇ 20-25 ਨੇ ਅਤੇ ਇਹ ਵੀ ਮਾਸ਼ਾਅੱਲਾ
ਸ਼ਕੀਰ ਨੇ ਜੀ ਇਹਨਾਂ ਦੀ ਖੁਆਇਸ਼ ਇੱਕ ਬਹੁਤ ਵੱਡੀ ਸੀ ਲੇਕਿਨ ਅਸੀਂ ਇਹਨੇ ਖੁਆਇਸ਼ ਰਹਿ ਨਹੀਂ ਦਈ ਉਹਦੇ ਨਾਲ ਬੰਦਾ ਲਾਇਆ ਡੱਬੀ ਹੈ ਜੀ ਡੱਬੀ ਹੈ ਜੀ ਤੇ ਅਸੀਂ ਉਹਨਾਂ ਆਪਣੇ ਜਿਹੜੇ ਹਰੀਫ ਨੇ ਨਾ ਜੀ ਉਹਨਾਂ ਕੋਲੋਂ ਇਜਾਜ਼ਤ ਲੈ ਕੇ ਤੇ ਉਹਨਾਂ ਦੇ ਕੋਲੋਂ ਅਸੀਂ ਆਪਣੇ ਜਿਹੜੇ ਨੇ ਨਾ ਆਪਣਾ ਖਲੀਫਾ ਉਹਨੂੰ ਅਸੀਂ ਪੱਗ ਦੇ ਜਿਹੜੀ ਨੇ ਜੀ ਉਹ ਠੀਕ ਹੈ ਜੀ ਬਾਕੀ ਸਭ ਭਾਈਆਂ ਦਾ ਬਹੁਤ ਸ਼ੁਕਰੀਆ ਅਸਲਾਮ ਵਾਲੇਕਮ ਅੱਲਾ ਹਾਫਿਜ਼